ਸਤਿ ਸ਼੍ਰੀ ਅਕਾਲ ਜੀ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਆਪ ਦਾ ਆਪਣਾ ਗੌਰਵ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਐਸਜੀਪੀਸੀ ਦੇ ਕਾਮੀ ਸਾਹਿਬ ਅੱਜ ਲਤੀਫਪੁਰੇ ਪਹੁੰਚੇ ਨੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਾਦਲ ਸੁਖਬੀਰ ਬਾਦਲ ਜੀ ਵੱਲੋਂ ਵੀ ਇੰਨੀ ਗੱਲ ਕਹੀ ਗਈ ਹੈ ਕਿ ਧਾਮੀ ਸਾਹਿਬ ਜਾਂ ਐਸਜੀਪੀਸੀ ਨੂੰ ਬੁਲਾਉਣ ਦੀ ਗੱਲ ਕੀਤੀ ਗਈ ਹੈ ਜਾਂ ਉੱਥੇ ਹੀ ਜੇ ਗੱਲ ਕਰੀਏ ਉੱਥੇ ਹੀ ਜੇ ਗੱਲ ਕੀਤੀ ਜਾਵੇ ਇਹਨਾਂ ਦਾ ਪਰਿਵਾਰ ਹੈ ਜੀ ਇਹਨਾਂ ਦਾ ਘਰ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਇੰਨੀ ਗੱਲ ਕੀਤੀ ਗਈ ਹੈ ਕਿ ਐਸਜੀਪੀਸੀ ਇੱਥੇ ਆਵੇ ਸੋ ਗੁਰਦਿਆਲ ਭਾਈ ਇੱਧਰ ਆਓ ਇਹਨਾਂ ਵੱਲੋਂ ਅਸੀਂ ਕਹਿੰਦੇ ਕਿ ਤੁਹਾਡੀ ਪ੍ਰੋਪਰਟੀ ਤੁਸੀਂ ਲੈ ਲਓ ਠੀਕ ਹੈ ਨਾ ਪਰ ਉਸ ਗੱਲ ਤੇ ਨਹੀਂ ਆਏ ਪ੍ਰੋਪਰਟੀ ਅਸੀਂ ਫਿਰ ਵੀ ਕਹਿੰਦੇ ਤੁਹਾਡੀ ਕੱਢਤੀ ਤੁਸੀਂ ਨਿਸ਼ਾਨ ਵੀ ਕਰ ਲਓ 27.5 ਮਿੰਟ ਜਗ੍ਹਾ 16.5 ਮਿੰਟ 16.8 ਮਿੰਟ ਤੁਹਾਡੇ ਕੋਲ ਤੁਸੀਂ ਕੁਆਇਰ ਕੀਤੀ ਹੈ ਤੁਹਾਡੇ ਕੋਲ ਆ ਤੁਹਾਡਾ ਪ੍ਰੋਪਰਟੀ ਵੀ ਦੇ ਦਿਆਂ ਐਫੀਡੇਵਿਟ ਵੀ ਦੇ ਦਿਆਂ ਇੰਪਰੂਵਮੈਂਟ ਦੱਸਦੀ ਆ ਐਫੀਡੇਵਿਟ ਠੀਕ ਹੈ ਜੀ ਜੇ ਤੁਹਾਡੀ ਘੱਟਦੀ ਹੈ ਤਾਂ ਤੁਸੀਂ ਮਤਲਬ ਕਿ ਇੱਧਰ ਨੂੰ ਆਓ ਸਹੀ ਮਾਇਨੇ ਦੀ ਜਗ੍ਹਾ ਰੋਡ ਦੀ ਸੀ ਪਰ ਰੋਡ ਨੂੰ ਵਧੇ ਪਲੋਟਿੰਗ ਕਰ ਗਿਆ ਨਹੀਂ ਇੱਧਰ ਵੀ ਸਕੇ ਮਕਾਨ ਸਰ ਇਹ ਸਰ ਇਹ ਰੋਡ ਸੀ ਜਿਹੜੇ ਆਹ ਜਿਹੜੇ ਰੋਡ ਹੈ ਪਲੋਟ ਕੱਟੇ ਆ ਨਾ ਇਹ ਜਗ੍ਹਾ ਇੰਪਰੂਵਮੈਂਟ ਅਸੀਂ ਹੈਗੀ ਹੈ ਠੀਕ ਹੈ ਨਾ ਪਰ ਇਹਨੇ ਜਿੱਦਾਂ ਉੱਥੇ ਰੋਡ ਬਣ ਗਏ ਅਸੀਂ ਰੋਡ ਨਹੀਂ ਬਣੀ ਪਲੋਟ ਕੱਟੇ ਅੱਛਾ ਅੱਛਾ ਇਹ ਰੋਡ ਲਈ ਲਈ ਅਸੀਂ ਪਲੋਟ ਜੋ ਜੋ ਕੁਝ ਵੀ ਹੈਗਾ ਜੀ ਉਹਨਾਂ ਚੀਜ਼ਾਂ ਨੂੰ ਕੱਟੋ ਮਰਜ਼ੀ ਕਰੋ ਸਾਨੂੰ ਮਤਲਬ ਕੋਈ ਨਹੀਂ ਮੰਨ ਲਓ ਰੋਡ ਦੇ ਆਪਣੇ ਆ ਉਧਰਲੇ ਬਜਾਈ ਤੇ ਫਰਸ਼ ਕਰੋ ਰੋਡ ਜੀ ਕੱਟੇ ਕੱਟੇ ਰੋਡ ਨਹੀਂ ਮੰਗੀ ਜੀ ਰੋਡ ਨਹੀਂ ਮੰਗੀ ਰੋਡ ਦੇ ਨਾਲ ਦਾ ਜਿੱਦਾਂ ਕਹਿੰਦੇ ਨੇ ਕਿ ਬੰਦੇ ਕਿ 4.5-5 ਮਿੰਟ ਦਾ ਘਟਾ ਦੇ ਜਿਹੜੀ ਉਹਨਾਂ ਕੋਲ ਮੈਂ ਉੱਧਰ ਜਿਹੜਾ ਜਿੱਦਾਂ ਮੇਰੇ ਤੋਂ ਪੱਤਰ ਵੀ ਅਸੀਂ ਉਹਦੇ ਖੈਬਰ ਤੋਂ ਕਰਦੇ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਦੱਸੋ ਤੁਹਾਡੇ ਕੋਲ ਤੁਹਾਡਾ ਆ ਵਾਰਡ ਬਣਾ ਤੁਹਾਡਾ ਵਾਰਡ ਹੈ ਮੇਰੇ ਕੋਲ ਉਸ ਦੀ ਸ਼ਕਲ ਠੀਕ ਹੈ ਨਾ ਸਾਹਮਣੇ ਆ ਜਾਣਾ ਮੈਨੂੰ ਦੱਸੋ ਕਿ ਤੁਹਾਡੇ ਕੋਲ ਹੋਰ ਕਿਹੜਾ ਡਾਕੂਮੈਂਟ ਐਸਾ ਹੈਗਾ ਕਿ ਜਿਹੜਾ ਡਾਕੂਮੈਂਟ ਲੈ ਕੇ ਉਸ ਕੋਲ ਕੋਈ ਤੁਹਾਨੂੰ ਦੱਸੇ ਕਿ ਪੁੱਛਣਾ ਕੌਣ ਹੋਵੇ ਮੈਂ ਤੋਂ ਇਸ ਨੂੰ ਵਸੀ ਹਾਂ ਤੁਸੀਂ ਆਪਣੇ ਕੋਲ ਕਿਹੜਾ ਕਰਜ਼ਾ ਲੈਣਾ ਨਾ ਸਾਨੂੰ ਖਾਓ ਮੂਰੇ ਹਾਂ ਮੈਨੂੰ ਕਦੇ ਨਹੀਂ ਤੁਸੀਂ ਬੰਦੇ ਕਿਹੜਾ ਤੁਸੀਂ ਲਗਣਾ ਕਰਦੇ ਹੋ ਇਹ ਕਰਦੇ ਹੋ ਫਿਰ ਹਾਈ ਕੋਰਟ ਤੋਂ ਕੀ ਬਣਾਇਆ ਵਡਾਲਾ ਸਾਹਿਬ ਆਓ ਕਿ ਹਾਈ ਕੋਰਟ ਤੋਂ ਕੀ ਬਣਾਇਆ ਸਰ ਉਹਨਾਂ ਨਾਲ ਗੱਲ ਕਰ ਆ ਜਾ ਬਾਜੀ ਆ ਜਾ ਮੈਨੂੰ ਹਾਈ ਕੋਰਟ ਤੋਂ ਕੀ ਰਾਏ ਉਹ ਗੱਲਬਾਤ ਕਰਨ ਦੇ ਪਏ ਇੱਕ ਡਾਕੂਮੈਂਟ ਕਿਹੜਾ ਤੁਸੀਂ ਆ ਦੇਖੋ ਜਾ ਕੇ ਨਾ ਤੇ ਬਾਕੀ ਪਖਾਉਣ ਲੱਗਾ ਵਾ ਬਾਕੀ ਤੋਂ ਆਪਾਂ ਇਦਾਂ ਕਰਦੇ ਆ ਜੀ ਚਲੋ ਇੱਧਰ ਆਪਾਂ ਛੱਡ ਦੇ ਕਰਦੇ ਤਾਂ ਕਰਦੇ ਅੱਗੇ ਦੀ ਆ ਗਏ ਤੁਮੇ ਮੈਂ ਇੱਥੇ ਬੈਠ ਸਕਦਾ ਸੀ ਇੱਥੇ ਗੱਡੀ ਲੈ ਲੈਣੀ ਕੋਈ ਗੱਡੀ 'ਚ ਲੈ ਕੇ ਉਹ ਇੰਜਾ ਥੋੜਾ ਹੋਣਾ ਜੀ ਜਾ ਕੇ ਸੈੱਟ ਕਰ ਦੇ ਤੁਹਾਡੇ ਪਰਚਾ ਦੇ ਦੇਗਾ ਮੈਂ ਲੋਕ 2 ਮਿੰਟ ਰੁਕ ਲਓ ਬਾਹਰ ਨਿਕਲ ਜਾਓ ਗੱਲ ਕਰ 2 ਵਜੇ ਤੱਕ ਮੈਂ ਕਹਿੰਦਾ ਪਾਵਾਂ ਕਿ ਉਹਨਾਂ ਨੂੰ ਗੱਡੀ 'ਚ ਰੱਖਿਆ ਸੈੱਟ ਤੇ ਗੱਡੀ ਲੈ ਕੇ ਤੇ 2 ਵਜੇ ਤੋਂ ਬਾਅਦ ਜਦੋਂ ਦੇ ਵਿੱਚ ਉਹਨਾਂ ਨੂੰ ਮੈਂ ਫੋਟੇ ਤੱਕ ਛੱਡ ਕੇ ਆਏ ਨੇ ਤੇ ਫਿਰ ਮੈਨੂੰ ਫੋਨ ਆ ਕਹਿੰਦਾ ਬਸ ਯਾਰ ਮੈਨੂੰ ਉਹਨੇ ਫੋਨ ਛੱਡਿਆ ਜਿਹੜਾ ਡਾਕਟਰ ਹੋਣ ਮੈਂ ਵਾਪਸ ਆਵਾਂ ਮੈਂ ਅਰੇ ਹੋ ਗਿਆ ਕੀ ਕਰੇ ਮੈਂ ਸਭ ਕੁਝ ਟੈਡ ਨਹੀਂ ਹੋ ਗਿਆ ਮੇਰਾ ਭਰਾ ਸੀਗਾ ਕਹਿੰਦੇ ਯਾਰ ਜਦੋਂ ਦੇ ਵਿੱਚ ਮੈਂ ਫੋਨ ਆ ਲਾਈਵ ਜੁੜੇ ਹੋਏ ਹੋ ਨਿਊਜ਼ 18 ਤੇ ਇੱਕ ਮਿੰਟ ਆਨਲਾਈਨ ਦੇ ਵਿਚਾਰ ਆਪਣੀ ਗੱਲ ਦੱਸ ਦੇ ਚਲੋ ਤੁਸੀਂ ਕਰ ਲਓ ਗੱਲ ਤੁਸੀਂ ਵੈਸੇ ਸੰਘੇੜਾ ਸਾਹਿਬ ਨੇ ਉੱਥੇ ਮੀਟਿੰਗ ਕੀਤੀ ਉਹ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਮਕਾਨ ਜਿਹੜੇ ਪਲੈਨ ਬਣਾ ਕੇ ਦੇਵਾਂਗੇ ਦੇਖੋ ਗੱਲ ਐਲਾਨ ਕਰਨੇ ਬੜੇ ਸਵਾਲੇ ਹੁੰਦੇ ਆ ਐਲਾਨਾਂ ਦੇ ਉੱਤੇ ਪੂਰੇ ਵੀ ਉਤਰਨਾ ਚਾਹੀਦਾ ਜਿਹੜੇ ਬਣੇ ਸੀ ਰਹਿਣ ਦੇ ਸਿਰੇ ਪਹਿਲੀ ਇਹ ਜੇ ਕਰਨੀ ਸੀ ਆ ਹੁਣ ਮੇਰੇ ਕੋਲ ਖੜੇ ਹੀ ਨਹੀਂ ਆਪਸ਼ਨ ਦਿੱਤੀ ਤੇ ਸਾਨੂੰ ਕੋਈ ਥਾਂ ਹੋਰ ਦੇ ਦਿਓ ਅਸੀਂ ਆਪਣੇ ਬਣਾ ਲਈਏ ਤੇ ਹੁਣ ਇਹ ਜਿਹੜੀ ਅੱਜ ਕਰਨੀ ਆ ਇਹਦਾ ਫਿਰ ਕਦੇ ਹਵਾ ਦੇ ਬੋਲਿਆਂ ਨੂੰ ਉੱਤੇ ਨਿਕਲ ਜਾਊਗਾ ਅਸੀਂ ਬਿਲਕੁਲ ਨਹੀਂ ਗੱਲ ਕਹੀ ਨਹੀਂ ਸਰ ਅਸੀਂ ਇਸ ਬਾਰੇ ਗੱਲ ਹੀ ਨਹੀਂ ਕਰ ਰਹੇ ਸਰ ਇਸ ਬਾਰੇ ਬਾਅਦ ਕਰ ਉਹ ਉਹਨਾਂ ਨੇ ਕੀਤੀ ਸਰ ਅਸੀਂ ਨਹੀਂ ਕਰਦੇ ਉਹਨਾਂ ਕੀਤੀ ਨਾ ਅਸੀਂ ਕੋਈ ਜਗ੍ਹਾ ਨਹੀਂ ਮੰਗੀ ਸਾਨੂੰ ਬਾਹਰ ਜਗ੍ਹਾ ਚਾਹੀਦੀ ਹੈ ਸਾਨੂੰ ਇਹ ਹੀ ਜਗ੍ਹਾ ਚਾਹੀਦੀ ਹੈ ਚਲੋ ਉਹ ਠੀਕ ਹੈ ਕਲੀਅਰ ਕਰੇਗਾ ਇੱਕ ਮਿੰਟ ਭਾਈ ਜੀ ਇੱਕ ਮਿੰਟ ਭਾਈ ਜੀ
ਮਿਲ ਕੇ ਆਏ ਕਹਿੰਦੇ ਕੋਈ ਗੱਲ ਨੀ ਆਪਾਂ ਬਣਾ ਲਾਂਗੇ ਜਿੱਦਾਂ ਕਿਉਂਕਿ ਆਪਾਂ ਧੱਕਦਾ ਹੋ ਜਾਣਾ ਆਪਾਂ ਬਿਲਕੁਲ ਨੀ ਹੁੰਦਾ ਉਹਨਾਂ ਨੂੰ ਲਾਰੇ ਬਣਾਉਂਦੇ ਰਹੇ ਠੀਕ ਹੈ ਜਿਹੜੇ ਇਹਨੂੰ ਇਹ ਉਹਨਾਂ ਕੋਲ ਗਏ ਦੇਖੋ ਸਾਹਮਣੇ ਪੈ ਗਏ ਸਿਰ ਲੈ ਸਾਹ ਉਹਨਾਂ ਨੂੰ ਬੋਤਲ ਮਿਲ ਜਾਂਦਾ ਹੀ ਨਹੀਂ ਕਰੀ ਗੋਟ ਹੋ ਗਏ ਨੂੰ ਫਰ ਕਰਦਾ ਕਹਿੰਦੇ ਕੁਛ ਨੀ ਕਰ ਸਕਦੇ ਸੁਪਰੀਮ ਕੋਰਟ ਹਾਈ ਕੋਰਟ ਦੇ ਆਰਡਰ ਹੈਗੇ ਕੁਛ ਨੀ ਕਰ ਸਕਦੇ ਜੀ ਉਹ ਹੁਣ ਭੈਣ ਫਿਰ ਸੋਢੀ ਸਾਹਿਬ ਇੱਥੇ ਆਏ ਸਿੱਧੇ ਸੋਢੀ ਇੱਥੇ ਆਏ ਅਗਲੇ ਦਿਨ ਸਵੇਰੇ ਇੱਥੇ ਆਏ ਤੇ ਮੈਂ ਪਹਿਲਾਂ ਤਾਂ ਮਿਲਿਆ ਨਹੀਂ ਸੀ ਮੇਰੇ ਮਿੱਤਰ ਵਾਕਮ ਨੇ ਮਿੱਤਰ ਵੀ ਵਾਕਮ ਨੇ ਮੈਂ ਮਿਲਿਆ ਮੈਂ ਸੋਢੀ ਸਾਹਿਬ ਕਹਿੰਦੇ ਤੁਸੀਂ ਕਰੋ ਨਿਸ਼ਾਨ ਦੇ ਤੋਂ ਪਤਾ ਲੱਗਿਆ ਦੁੱਧ ਦੁੱਧ ਪਾਣੀ ਪਾਣੀ ਕਲੀਅਰ ਹੈ ਕੀ ਹੈ ਤੁਸੀਂ ਮੈਂ ਕਿਹਾ ਮਾਫੀ ਨੂੰ ਬਚਾਉਣ ਦਾ ਜਿਹੜਾ ਮਾਫੀ ਆ ਤੁਸੀਂ ਮੈਂ ਕਿਹਾ ਮਾਫੀ ਨੂੰ ਮੈਂ ਕਿਹਾ ਕਰ ਲਿਆ ਨਹੀਂ ਦੂਸਰਾ ਮੁੜ ਕੇ ਮੇਰੀ ਬਹਿਸ ਨਹੀਂ ਹੋਈ ਚੱਕੇ ਲੈ ਕੇ ਪੱਚੇ ਪੁੱਚੇ ਪਾ ਦਿੱਤੇ ਉਹਨਾਂ ਨੇ ਬਾਕੀ ਸਚਾਈ ਹੈਗੀ ਹੈ ਜੀ ਸਤਾਈ ਕਨਾਲ ਪੰਜ ਮਰ ਦੀ ਜਗ੍ਹਾ ਹੈਗੀ ਅੱਛੀ ਫਿਰ ਸ਼ੁਰੂ ਹੋ ਗਈ ਹੈ ਸੋਲ੍ਹਾਂ ਕਨਾਲ ਆਓ ਭਾਈ ਜੇ ਇਹਦੀ ਮਿਹਨਤੀ ਹੋ ਜਾਂਦੀ ਤਾਂ ਗੱਲ ਸੁਣੀ ਸੋਲ੍ਹਾਂ ਕਨਾਲ ਅੱਠ ਵਾਰੀ ਉਹਨੇ ਅਕੁਆਇਰ ਕੀਤੀ ਹੈ ਉਹਨਾਂ ਦਾ ਪਟਵਾਰੀ ਬਿਆਨ ਵੀ ਦੇ ਗਿਆ ਪਟਵਾਰੀ ਐਫੀਡੇਵਿਟ ਦੇ ਗਿਆ ਉਹ ਗਰੀਬ ਦੀ ਮਾੜੀ ਕਿਸਮ ਡਿਸਮਿਸ ਵੀ ਕਰ ਸਕਦਾ ਠੀਕ ਹੈ ਜੀ ਤੇ ਸਭ ਪਲਾਟ ਕੱਟੇ ਹੋਏ ਹੈਗੇ ਜਗ੍ਹਾ ਜ਼ਿਆਦਾ ਹੈਗੀ ਹੈ ਠੀਕ ਹੈ ਜ਼ਿਆਦਾ ਘੱਟ ਜੋ ਕੁਛ ਹੋ ਤੁਸੀਂ ਨਿਸ਼ਾਨ ਦੀ ਲੈ ਲਓ ਔਰ ਨਿਸ਼ਾਨ ਦੀ ਜਿਹੜੀ ਹੈਗੀ ਹੈ ਇਹ ਜਿੱਦਾਂ ਕਹਿੰਦੇ ਤੁਹਾਡੀ ਨਹੀਂ ਮੰਨਾਂਗੇ ਆਪਾਂ ਨਾ ਤੁਸੀਂ ਕਰ ਸਕਦੇ ਹੋ ਨਿਸ਼ਾਨ ਦੀ ਜਿਹੜੀ ਹੈਗੀ ਹੈ ਭਾਜੀ ਆਪਾਂ ਰੈਵਨਿਊ ਮਹਿਕਮੇ ਨੂੰ ਕਰਾਵਾਂਗੇ ਹੈਲੋ ਸੜਕਾਂ ਜਗ੍ਹਾ ਹੈਗੀ ਹੈ ਸੜਕ ਸੜਕ ਹੋ ਜੀ ਆਪਾਂ ਗੱਲ ਕਰਦੇ ਆ ਹੈ ਨਹੀਂ ਸਗੋਂ ਉਧਰ ਹੈ ਮੈਂ ਉਹ ਮੈਂ ਗੱਲ ਕਰਦਾ ਮੈਂ ਢਾਈ ਸੌ ਪਿੱਛੇ ਚਲੇ ਗਏ ਹੋਰ ਚਲੇ ਗਏ ਨੇ ਇੱਕ ਜਗ੍ਹਾ ਤੋਂ 300 ਤੇ 12 ਫੁੱਟ ਪਿੱਛੇ ਚਲੇ ਗਏ ਨੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਨਿਰਸੰਕੋਚ ਦੱਸ ਦਿਓ ਕੋਈ ਅਸੀਂ ਥਾਂ ਨੀ ਦੇਖੋ ਜੀ ਸਾਡੀ ਤੁਹਾਡੇ ਤੇ ਕੋਈ ਥਾਂ ਨਹੀਂ ਕਰਨਾ ਸਭ ਤੋਂ ਵੱਡੀ ਮੋਰਲ ਤੌਰ ਤੇ ਵੀ ਤੁਹਾਡੇ ਨਾਲ ਖੜੇ ਆ ਬੰਦਿਆਂ ਦੇ ਤੌਰ ਤੇ ਵੀ ਖੜੇ ਆ ਤੇ ਮਾਈਕ ਤੌਰ ਤੇ ਵੀ ਜਾਂ ਕੋਈ ਵੀ ਜਿਹੜਾ ਵੀ ਕਿਸੇ ਤੁਹਾਡੇ ਗੋਚਰੀ ਹੈਗਾ ਸ਼੍ਰੋਮਣੀ ਕਮੇਟੀ ਖਾਸ ਤੌਰ ਤੇ ਸਾਨੂੰ ਇੱਕ ਮਾਈਕ ਸਾਨੂੰ ਕੁਝ ਨਹੀਂ ਕੁਝ ਚਾਹੀਦਾ ਇਹੋ ਜਗ੍ਹਾ ਸਾਨੂੰ ਇਹੋ ਜਗ੍ਹਾ ਜੇ ਜਗ੍ਹਾ ਨੂੰ ਬੰਦੀ ਪਛਾਣ ਗਿਆ ਸਿੱਧੀ ਜੀ ਗੱਲ ਹੈਗੀ ਆ ਲੀਗਲੀ ਵਕੀਲਾਂ ਦਾ ਪੈਨਲ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿਖਾਇਆ ਕਿ ਦਿਓ ਸਿਆਣੇ ਪੜ੍ਹੇ ਲਿਖੇ ਇਹ ਸਾਰੇ ਇਹਨਾਂ ਕੋਲ ਪੇਪਰ ਹੈਗੇ ਤੁਹਾਨੂੰ ਦੇ ਦਿੰਦੇ ਨੇ ਉਸ ਤੋਂ ਬਾਅਦ ਤੁਸੀਂ ਸਟੱਡੀ ਕਰਕੇ ਜਿੱਦਾਂ ਦਾ ਨਹੀਂ ਨਹੀਂ ਤੁਸੀਂ ਵਕੀਲ ਤੁਸੀਂ ਹਾਇਰ ਕਰ ਲਓ ਆਪਣੇ ਵਕੀਲ ਨਾਲ ਬਿਠਾਓ ਠੀਕ ਹੈ ਨਾ ਤੁਹਾਨੂੰ ਸਾਰਾ ਪਤਾ ਲੱਗ ਜਾਏ ਬਾਕੀ ਸਾਰਾ ਪਤਾ ਲੱਗ ਜਾਏ ਕਿ ਸੱਚਾਈ ਹੈ ਕੀ ਹੈ ਤੇ ਫਿਰ ਕਹਿੰਦਾ ਬਾਬਾ ਅੱਜ ਕੱਲ੍ਹ ਕੁਛ ਹੋ ਰਹੀਆਂ ਨੇ ਮੁੜ ਕੇ ਕਹਿੰਦਾ ਬਾਬਾ ਕਿ ਸਾਡੀ ਜਗ੍ਹਾ ਫਿਰ ਤੁਸੀਂ ਆਪ ਹੀ ਖੜੇ ਹੋ ਜਾਣਾ ਯਾਰ ਛੱਡੋ ਤੁਸੀਂ ਚਲੋ ਪਿੱਛੇ ਬਾਈ ਕਾਕਾ ਚਲੋ ਤੁਸੀਂ ਪਿੱਛੇ ਅਸੀਂ ਕਰ ਲਓ ਜੋ ਕਰਨਾ ਠੀਕ ਹੈ ਜੀ ਪਰ ਉਹ ਤਾਂ ਇਹ ਕੁਛ ਹੁੰਦਾ ਕਿ ਜੇ ਮਤਲਬ ਸਾਹਮਣੇ ਸੱਚਾਈ ਹੋਊਗੀ ਅਸੀਂ ਬੇਨਤੀ ਹੈਗੀ ਸਾਡੀ ਜਿਹੜੀ ਸੱਚਾਈ ਹੈ ਨਾ ਆਪਣੇ ਵਕੀਲ ਸਾਹਿਬ ਜਿਹੜੇ ਹੈਗੇ ਦੱਸੋ ਆਪਾਂ ਨੂੰ ਮਿਲ ਕੇ ਜਾਂ ਇੱਥੇ ਆ ਜਾਂਦੀ ਸੁਣ ਲਓਗੇ ਆਪਾਂ ਚਲ ਜਾਂਦੇ ਹਾਂ ਆਪਾਂ ਸਭ ਕੁਛ ਦੱਸ ਦਿਓ ਸਾਡੇ ਡਿਸਟ੍ਰਿਕਟ ਅਟਾਰਨੀ ਰਿਟਾਇਰ ਆ ਇੱਥੇ ਢਿੱਲੋਂ ਬਲਤੇਜ ਸਿੰਘ ਬਲਤੇਜ ਸਿੰਘ ਜੀ ਅੱਗੇ ਕਪੂਰਥਲੇ ਦੇ ਉਹ ਹਾਂਜੀ ਹਾਂਜੀ ਤੇ ਵਕਾਲਤ ਇੱਥੇ ਜਲੰਧਰ ਵੀ ਕਰਦੇ ਆ ਸਿਆਣੇ ਆ ਡਿਸਟ੍ਰਿਕਟ ਅਟਾਰਨੀ ਰਿਟਾਇਰ ਉੱਥੋਂ ਹਾਈ ਕੋਰਟ ਉਹ ਕਰਨੇ ਸਾਡੇ ਕੋਲ ਕਪੂਰ ਸਿੰਘ ਹੁੰਦਲ ਵਿੱਚ ਤੁਸੀਂ ਆਪਣੇ ਕਮੇਟੀ ਦੇ ਗੁਰਪ੍ਰੀਤ ਵਕੀਲ ਆ ਜੀ ਆਪਾਂ ਜਿਹੜੇ ਵੀ ਤੁਸੀਂ ਚਾਹੁੰਦੇ ਆ ਅਸੀਂ ਤੁਹਾਡੀ ਪੂਰੀ ਮਦਦ ਦੇ ਆ ਤੁਸੀਂ ਕਿਤੇ ਵੀ ਦੇਖੋ ਜੀ ਅਸੀਂ ਉਹ ਸਾਨੂੰ ਨਿਰਸੰਕੋਚ ਕਾਹਲੀ ਚ ਨਹੀਂ ਆਪਾਂ ਤੁਹਾਡੇ ਨਾਲ ਆ ਮੈਂ ਇੱਥੇ ਇਸ ਕਰਕੇ ਆਇਆ ਹੋ ਗਿਆ ਲੇਟ ਪਛਾ ਕੌਣ ਤੇ ਤੁਸੀਂ ਆਪਣੇ ਦੱਸੋ ਸਾਨੂੰ ਕਿਤੇ ਹੋਊਗੀ ਧਿਰ ਤੁਹਾਡੇ ਅਸੀਂ ਨਾਲ ਆ ਵਕੀਲਾਂ ਦੀ ਲੋੜ ਆ ਇਹ ਵੀ ਬੇਨਤੀ ਇੱਕ ਹੋਰ ਆ ਕਿ ਦੇਖੋ ਕਿ ਤੁਸੀਂ ਜਿਹੜੀ ਤੁਹਾਡੀ ਕਮੇਟੀ ਬਣੀ ਜਾਂ ਸੰਘਰਸ਼ ਯੂਨਿਟੀ ਰੱਖੋ ਉਹ ਕਮੇਟੀ ਇੱਕ ਫੈਸਲੇ ਤੇ ਖੜੀ ਰਵੇ ਯੂਨਿਟੀ ਰੱਖੋ ਕਮੇਟੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਜਾਏ ਅਸੀਂ ਜਿੱਦਾਂ ਧਾਮੀ ਸਾਹਿਬ ਨੇ ਕਿਹਾ
ਕਿ ਅਸੀਂ ਲੀਗਲੀ ਪੱਖੋਂ ਵੀ ਤੇ ਮਾਈਕ ਪੱਖੋਂ ਵੀ ਤੇ ਬੰਦਿਆਂ ਦੇ ਪੱਖੋਂ ਵੀ ਜੇ ਸੰਗਤ ਜਿੱਥੇ ਖੜਾ ਹੋਵੇ ਉਹ ਖੜੇ ਆ ਹੁਣ ਗੱਲ ਕੀ ਹੋਈ ਕਮੇਟੀ ਬਣਦੀ ਗੱਲ ਹੋਈ ਉਹਦੇ ਵਿੱਚ ਅਸੀਂ ਮਰਦ ਖੜੇ ਕਰ ਰਹੇ ਨੇ ਦਲਾਲ ਖੜੇ ਨਹੀਂ ਕਰ ਰਹੇ ਸਿੱਧੀ ਗੱਲ ਇਹੋ ਗੱਲ ਹੋਈ ਦਲਾਲਾਂ ਨੇ ਕੰਮ ਮੁੱਕਣ ਨਹੀਂ ਦੇਣਾ ਇਹਨਾਂ ਦੇ ਵਕੀਲ ਤੁਹਾਡੇ ਵਕੀਲ ਬੈਠ ਕੇ ਆਪਸ ਵਿੱਚ ਸਾਰੀ ਯਾਰੀ ਕਰ ਲੈਣ ਉਸ ਤੋਂ ਬਾਅਦ ਦੇਖ ਲੈਣ ਕੀ ਸਹੀ ਹੈ ਕੀ ਗਲਤ ਹੈ ਉਸ ਤੋਂ ਬਾਅਦ ਉੱਦਾਂ ਕਰ ਲੈਣਗੇ ਇਹੀ ਗੱਲ ਹੀ ਕਹਿ ਰਹੇ ਆ ਨਾ ਜੀ ਉਹ ਇਹੀ ਗੱਲ ਤਿੰਨ ਦਿਨਾਂ ਦੀ ਇਹੀ ਗੱਲ ਕੀਤੀ ਆਪਾਂ ਮੈਂ ਤੈਨੂੰ ਪੁੱਛਣ ਡਿਆ ਦੱਸੋ ਜਿਹੜੀ ਚੀਜ਼ ਲੋੜ ਆ ਇੱਕ ਵੀ ਟੈਂਟਾਂ ਦਾ ਕਰੋ ਇੱਕ ਇਹਨਾਂ ਦਾ ਖਾਣੇ ਬਰਦਾਨੇ ਦਾ ਪ੍ਰਬੰਧ ਭਾਵੇਂ ਨਾਮ ਹੀ ਹੋਵੇ ਆਪਣੀ ਜੋ ਕਿ ਬਣਦੀ ਹੈ ਵੈਸੀ ਕਰੋ ਤੁਸੀਂ ਹੈਂ ਦੂਜੀ ਗੱਲ ਆ ਜਿਹੜੇ ਬੱਚੇ ਆ ਜਿਹਨਾਂ ਦਾ ਬੇਹਾਲ ਆ ਉਹਨਾਂ ਦਾ ਉਹਨਾਂ ਨੂੰ ਕੁਛ ਨਾ ਕੁਛ ਜੋ ਸਿੱਖਾਂ ਵੱਲੋਂ ਆਪਾਂ ਕਰ ਸਕਦੇ ਕੁਛ ਨਾ ਕੁਛ ਕਰੀਏ ਕਿਉਂਕਿ ਰਾਤ ਨੂੰ ਬੁਰਾ ਹਾਲ ਆ ਬੈਂਚੋ ਦੀ ਆਈ ਆ ਤੁਸੀਂ ਤੁਸੀਂ ਭਾਜੀ ਦੱਸੋ ਟੈਂਟਾਂ ਦੀ ਲੋੜ ਆਪਣੇ ਸਾਡੀ ਬੇਨਤੀ ਹੈਗੀ ਆ ਜੀ ਕਿ ਆਹ ਜਿਹੜੀ ਰੋਡ ਹੈਗੀ ਆ ਨਾ ਇਸ ਰੋਡ ਦੇ ਉੱਤੇ ਮਤਲਬ ਕਿ ਸੰਗਤਾਂ ਬਹੁਤ ਜ਼ਿਆਦਾ ਹੁੰਦੀਆਂ ਤੇ ਅੰਦਰਲੇ ਪਾਸੇ ਉਹ ਤੰਬੂ ਨੇ ਟੈਂਟ ਨਹੀਂ ਲਾਉਣ ਦਿੰਦੇ ਰਿਕੁਐਸਟ ਹੈਗੀ ਹੈ ਕਿ ਜਿਹੜੀ ਆਪਣੀ SCPC ਹੈਗੀ ਆ ਨਾ ਉਹ ਅੰਦਰ ਬਸ ਟੈਂਟ ਲਵਾ ਦੇ ਠੀਕ ਹੈ ਨਾ ਕਿ ਜਿੰਨੇ ਵੀ ਸਾਡੇ ਬਾਕੀ ਪਰਿਵਾਰ ਦੇ ਵਿਚਾਰੇ ਰਹਿਣ ਡੇ ਇਸ ਪਾਸੇ ਉਹਨਾਂ ਟੈਂਟਾਂ ਵਿੱਚ ਰਹਿਣ ਠੀਕ ਹੈ ਰਾਹ ਜਿਹੜਾ ਹੈਗਾ ਇਹ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਠੀਕ ਹੈ ਸੰਗਤ ਵਾਸਤੇ ਰਹਿ ਗਏ ਸਾਡੀ ਇਹ ਅਪੀਲ ਹੈ ਬੇਨਤੀ ਹੈ ਤੁਸੀਂ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਨਾਲ ਲੱਗੋ ਅਸੀਂ ਵੀ ਆਵਾਂਗੇ ਮੈਂ ਬਿਲਕੁਲ ਬਿਲਕੁਲ ਤੁਹਾਡੇ ਅੱਗੇ ਆਵਾਂਗੇ ਜੀ ਨਹੀਂ ਅਸੀਂ ਟੈਂਟ ਲਵਾਉਣ ਨੂੰ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਟੈਂਟ ਦੇਖੋ ਬੇਨਤੀ ਸੁਣੋ ਜੀ ਅਸੀਂ ਕਿਉਂ ਕਰ ਤੁਹਾਡੇ ਕਿਸੇ ਸਾਰੇ ਤੁਹਾਡੀ ਗੱਲ ਕਰ ਰਿਹਾ ਗੱਲ ਕੀ ਆਈ ਹੈ ਕਿ ਰਾਸ਼ਨ ਵਿੱਚ ਪਹੁੰਚ ਕਰ ਲਏਗਾ ਹਾਂ ਜੀ ਨਹੀਂ ਤਾਂ ਦੱਸਿਆ ਨਹੀਂ ਲੱਗਣ ਨਹੀਂ ਦੇਣਾ ਕੀ ਗੱਲ ਹੈ ਦੋ ਗੱਲਾਂ ਕਰਾਂਗੇ ਉਹ ਲਿਟੀਗੇਸ਼ਨ ਕਰਾਂਗੇ ਉਸ ਦੇ ਕੁਝ ਨਹੀਂ ਹੁੰਦਾ ਕਿ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਹੈ ਪਰ ਦੂਜੀ ਬੇਨਤੀ ਹੋ ਰਹੀ ਹੈ ਕਿ ਜੋ ਕੁਝ ਵੀ ਹੋਇਆ ਨਾ ਇਹ ਸਾਰਾ ਵਿਖਾੜੇ ਤੋਂ ਹੋਇਆ ਜੇ ਸਟਾਈ ਹੈ ਜੀ ਕਹਿੰਦਾ ਪਾਵਾਂਗੇ ਜੀ ਕੇਸ ਜਿੱਤ ਵੀ ਗਏ ਨੇ ਨਾ ਉਹ ਆਪਣੀ ਪ੍ਰਾਪਰਟੀ ਦੇ ਪਾਸੇ ਹਨ ਸਾਡੀ ਨਿਸ਼ਾਨ ਦੀ ਕੱਢ ਭਾਜੀ ਦਾ ਆਪਾਂ ਦੇਣੇ ਉਹਨਾਂ ਦੀ ਪ੍ਰਾਪਰਟੀ ਆਈ ਕੋਈ ਨਹੀਂ ਧੱਕੇ ਨਾਲ ਆਪਣੀ ਪ੍ਰਾਪਰਟੀ ਬਣਾਉਣ ਲੈ ਲੈ ਬੇਨਤੀ ਇਹ ਕਰਦੇ ਆ ਕਿ ਧੱਕੇ ਨਾਲ ਪ੍ਰਾਪਰਟੀ ਬਣਾ ਲੈ ਗਿਆ ਇਹ ਤਾਂ ਹੁਣ ਕੁਐਸਚਨ ਆਫ ਲਾਅ ਰਹਿ ਗਿਆ ਨਾ ਹਾਂ ਇਹ ਨਾ ਆਪਾਂ ਹੁਣ ਬੈਠ ਕੇ ਮੈਂ ਤਾਂ ਸੱਚੇ ਵੀਡੀ ਨਹੀਂ ਪਾਇਆ ਮੈਂ ਤਾਂ ਆਪਣੇ ਭਾਵਨਾ ਕਿਹੜਾ ਕੀ ਹੋ ਗਏ ਉਹ ਆਹ ਤੁਹਾਨੂੰ ਪਤਾ ਹੀ ਆ ਉਹ ਬਦਲ ਗਏ ਨਾ ਬਿਲਕੁਲ ਤੁਹਾਨੂੰ ਇਹ ਰਹਾ 60 ਫੁੱਟ ਨਹੀਂ ਜੀ 120 ਫੁੱਟ ਤੱਕ ਦੀ ਫੁੱਟ ਰੋਡ ਇਹ ਹੈਗੀ ਹੈ ਇਧਰ ਕੋਈ ਮਸਲਗਤ ਨਹੀਂ ਹੈਗਾ ਉਹਨਾਂ ਨੇ ਇਹਦੇ ਪਲਾਟ ਕੱਟ ਕੇ ਨਾ ਤੇ ਇਹ ਵੇਚ ਕੇ ਇੱਕ ਬੰਦੇ ਨੂੰ ਖੜਾ ਕਰਤਾ ਇਹਨਾਂ ਨੇ ਮਾਫੀਆ ਦੇ ਆਪਣੇ ਬੰਦੇ ਦੇਖ ਨਾਲੇ ਜੀ ਜਦੋਂ ਦੀ ਇਹ ਉਦੋਂ ਦੀ ਕਾਰਪੋਰੇਸ਼ਨ ਹੈ ਨਹੀਂ ਸੀ ਥੋੜੀ ਨਹੀਂ ਮੈਨੂੰ ਇਹ ਦੱਸੋ ਵੀ ਜਿਹੜੀ ਕਾਰਪੋਰੇਸ਼ਨ ਕਹਿੰਦੀ ਸਾਡੀ ਜਗ੍ਹਾ ਨਹੀਂ ਕਾਰਪੋਰੇਸ਼ਨ ਤੋਂ ਪ੍ਰੂਵਡ ਹੈ ਨਹੀਂ ਜੀ ਸਰਕਾਰ ਵੱਲੋਂ ਜਿਹੜਾ ਇਹਨਾਂ ਨੂੰ ਸਰਕਾਰ ਦੇ ਲਈ ਫਲੈਟ ਦੇਣ ਲਈ ਕਹਿ ਦਿੱਤਾ ਗਿਆ ਹੈ ਇਹ ਤਾਂ ਕੀ ਕਰ ਰਹੇ ਕੋਲੋ ਸਰਕਾਰ ਜੇ ਕਹਿੰਦੀ ਸਰਕਾਰ ਕੁਝ ਕਰਕੇ ਵੀ ਦਿਖਾ ਲੈ ਦੇਖੋ ਇਹ ਇਨਵੋਲਵ ਪਾਰਟੀ ਇਹ ਆ ਕਿਉਂਕਿ ਇਹ ਵਿਚਾਰੇ ਵਰਸਲੀ ਅਫੈਕਟਡ ਆ ਇਹ ਤਾਂ ਤੁਸੀਂ ਇਹਨਾਂ ਨਾਲ ਬੈਠ ਕੇ ਗੱਲ ਕਰੋ ਨਾ ਅਸੀਂ ਤਾਂ ਇਹਨਾਂ ਦੇ ਸਹਿਯੋਗੀ ਆ ਤੁਸੀਂ ਅੱਜ ਆਏ ਹੋ ਕੀ ਇਹਨਾਂ ਦੀ ਮਦਦ ਮੈਂ ਤਾਂ ਇਹਨਾਂ ਦੇ ਨਾਲ ਆਇਆ ਪਈ ਕੋਈ SCPC ਕੀ ਮਦਦ ਕਰੇ ਅਸੀਂ ਕੋਈ ਵੀ ਪਾਰਟੀ ਜਿਹੜੀ ਇਹਨਾਂ ਨੂੰ ਲੋੜ ਹੋਵੇ ਕਰਾਂਗੇ ਚਾਹੇ ਇਹਨਾਂ ਨੂੰ ਵਕੀਲਲ ਬੈਟਲ ਲੀਗਲ ਬੈਟਲ ਲੜਨ ਦੀ ਹੋਵੇ ਚਾਹੇ ਇਹਨਾਂ ਨੂੰ ਟੈਂਟਾਂ ਦੀ ਹੋਵੇ ਚਾਹੇ ਇਹਨਾਂ ਨੂੰ ਖੁਰਾਕ ਦੀ ਹੋਵੇ ਉਹ ਅਸੀਂ ਤੁਰੰਤ ਕਰਾਂਗੇ ਅੰਮ੍ਰਿਤਪਾਲ ਜੀ ਆਏ ਸੀ ਉਹ ਕਹਿ ਰਹੇ ਸੀ ਲੋਕਾਂ ਨੂੰ ਕਿਹੜੇ ਸੇਧਾਂ ਦੀ ਬਲੀ ਦਿੱਤੀ ਜਾਏਗੀ ਉੱਤੇ ਕੀ ਕਹਿਣਾ ਤੁਹਾਡਾ ਸਰ ਕੀ ਲੱਗਦਾ ਹੈ ਅੰਮ੍ਰਿਤਪਾਲ ਜੀ ਦੇ ਵੱਲੋਂ ਕਿਹਾ ਗਿਆ ਕਿ SCPC ਇੱਥੇ ਆਵੇ ਤੇ ਤਾਂ ਕਰਕੇ ਅੱਜ ਆਇਓ ਮੈਂ ਤਾਂ ਇਹਨਾਂ ਦੀ ਖਬਰ ਲੈਣ ਆਇਆ ਹਾਂ ਦੋ ਜਣੇ ਨਾ ਤੁਸੀਂ ਦੋਏ ਜਣੇ ਨਾ ਕਿੱਥੇ ਸਤਿਕਾਰਯੋਗ ਆ ਮੀਡੀਆ ਜਿਹੜਾ ਆ ਪਰ ਆਪਾਂ ਆਏ ਤਾਂ ਇੱਥੇ ਹੈਗੇ ਇਹਨਾਂ ਦੀ ਖਬਰ ਲੈਣ
खबर सार लैनी आया जिथे भी कोई लोड हुई मैं थोड़े नाल दस दूसरे प्रधान जी इतने पहले दिन तो लोकल एमसी में पता की सारे सपोर्ट कर चंगी गल आ मनुखता का कार्ज है यार पहले दिन तो हजार दिते अमृतपाल भाई अमृतपाल सिंह या सुखबीर सिंह बादल जी दे बाद उन्हां दे कहन तो बाद जिहड़ा एसजीपीसी इत्थे आई है ते उत्थे ही उन्हां दा जवाब यह आंदा है कि असी उन्हां दे कहन ते नहीं लेकिन असी आप दे आप चल के इत्थे आए हैं लोकां वास्ते इत्थे आए हैं ते अज उन्हां दे हक्कां लई असी इत्थे खड़े हैं ते उत्थे ही जे गल कीती जावे कि इन्ना टाइम जिहड़ा इन्हां नूं इत्थे लग गया उत्थे ही इन्हां वल्लों जदों कहा जा रहा है कि लगातार जिहड़ा कि लीगल प्रोसैस आ या लीगली जो कार्ज आ उह साडे वल्लों असीं तुहानूं प्रोपर जिहड़ी सपोर्ट देवांगे सो इस दे नाल ही मैनूं गौरव नूं दिओ इजाजत तुसीं देखदे रहो हॉट न्यूज़ इंडिया टीवी सो दोस्तो थानू एक बार फिर दस दिए कि जेडे दर्शक साडे नाल जुड़ रहे ने कि एस जी बी सी दे प्रधान धामी जी इत्थे पहुंचे सीगे लतीफपुरे दे अंदर सो लतीफपुरे वासियां नू थानू दस दिए कि सरकार वालों भी यह गल की जा रही है कि हुण इन्हां नू जेडे फ्लैट बना के दिते जाणगे दो दो मरले दे फ्लैट ਦੋ ਦੋ ਮਹੱਲੇ ਦੇ ਜਿਹੜੇ ਕਿ ਫਲੈਟ ਬਣਾ ਕੇ ਦਿੱਤੇ ਜਾਣਗੇ ਉੱਥੇ ਹੀ ਜੇ ਹੁਣ ਗੱਲ ਕੀਤੀ ਜਾਵੇ ਲਗਾਤਾਰ ਲਤੀਫਪੁਰੇ ਦੇ ਵਾਸੀਆਂ ਵੱਲੋਂ ਇੰਨੀ ਗੱਲ ਕਹਿਣਾ ਕਿ ਅਸੀਂ ਹੁਣ ਜਿਹੜੇ ਫਲੈਟਸ ਨੇ ਉਹ ਸਾਨੂੰ ਨਾ ਗੁਜ਼ਾਰੇ ਨੇ ਅਸੀਂ ਨਹੀਂ ਲੈਣੇ ਸਾਨੂੰ ਜਿੱਥੇ ਸਾਡੇ ਘਰ ਸੀਗੇ ਸਾਨੂੰ ਉੱਥੇ ਹੀ ਦਿੱਤੇ ਜਾਣ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਾਡੇ ਕੋਲ 20-20 ਬਾਈ-ਬਾਈ ਮਰਲੇ ਦੀ ਥਾਂ ਸੀਗੀ ਔਰ ਉੱਥੇ ਹੀ ਅਸੀਂ ਦੋ ਦੋ ਮਰਲੇ ਦੇ ਜਿਹੜੇ ਫਲੈਟ ਹੈ ਉਹ ਨਹੀਂ ਲੈਣਾ ਚਾਹੁੰਦੇ ਸੋ ਹੁਣ ਐਸ ਜੀ ਪੀ ਸੀ ਦੇ ਪ੍ਰਧਾਨ ਵੀ ਇੱਥੇ ਆਏ ਸੀਗੇ ਸੋ ਉਹਨਾਂ ਵੱਲੋਂ ਵੀ ਇੰਨੀ ਗੱਲ ਕਹੀ ਗਈ ਹੈ ਕਿ ਜਿਹੜੀ ਲੀਗਲੀ ਲੜਾਈ ਹੈ ਉਹ ਅਸੀਂ ਲੀਗਲੀ ਤੌਰ 'ਤੇ ਅਸੀਂ ਲਤੀਫਪੁਰੇ ਵਾਲਿਆਂ ਦੇ ਨਾਲ ਖੜ੍ਹੇ ਹਾਂ ਲੋਕਾਂ ਦੇ ਸਪੋਰਟ 'ਚ ਖੜ੍ਹੇ ਹਾਂ ਕੋਈ ਗੱਲ ਨਹੀਂ ਭਾਅ ਜੀ ਸੋ ਲੋਕਾਂ ਦੇ ਨਾਲ ਖੜੇ ਹਾਂ ਲੋਕਾਂ ਦੀ ਸਪੋਰਟ 'ਚ ਖੜੇ ਹਾਂ ਹੁਣ ਆਉਣ ਵਾਲੇ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਆਉਣ ਵਾਲੇ ਟਾਈਮ 'ਤੇ ਕਿੰਨਾ ਕੁ ਸਪੋਰਟ ਜਿਹੜਾ ਲਤੀਫਪੁਰੇ ਵਾਲਿਆਂ ਨੂੰ ਮਿਲਦਾ ਹੈ ਅਤੇ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਜਿਸ ਤਰੀਕੇ ਨਾਲ ਫਲੈਟਾਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਲੋਕ ਇੰਨੇ ਬੋਲ ਰਹੇ ਨੇ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਨਾ ਗਵਾਰਾ ਹੈ ਅਸੀਂ ਫਲੈਟਾਂ 'ਚ ਨਹੀਂ ਰਹਿਣਾ ਚਾਹੁੰਦੇ ਤੋ ਹੁਣ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਸਰਕਾਰਾਂ ਲਤੀਫਪੁਰੇ ਦੇ ਵਾਸੀਆਂ ਨੂੰ ਮਨਾ ਸਕਣਗੀਆਂ ਕਿ ਨਹੀਂ ਸੋ ਇਸ ਦੇ ਨਾਲ ਹੀ ਮੈਨੂੰ ਗੌਰਵ ਨੂੰ ਦਿਓ ਜ਼ਿਆਦਾ ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ